संत बाबा भाग सिंह यूनिवर्सिटी में वोटर जागरूकता समागम करवाया गया, जिसले बारे में वाइस चांसलर डॉक्टर धर्मजीत सिंह परमार से दलजीत अजनोहा किया ओर से की गई विशेष बातचीत। ਦੋਸਤੋ ਅੱਜ ਅਸੀਂ ਆਏ ਹਾਂ ਜਿਹੜਾ ਜਲੰਧਰ ਦੇ ਪਿੰਡ ਰੋਲੀ ਗ੍ਰਾਮ ਜਿੱਥੇ ਖਲਾਰਾ ਪਿੰਡ ਦੇ ਵਿੱਚ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਿੱਥੇ ਇੱਕ ਸਵੀਪ ਲੋਕਾਂ ਵੋਟਾਂ ਨੂੰ ਲੈ ਕੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਹ ਮਾਨਯੋਗ ਡਿਪਟੀ ਕਮਿਸ਼ਨਰ ਜਲੰਧਰ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ ਹੈ। ਅੱਜ ਇਸੇ ਸਮਾਗਮ ਦੇ ਸੰਬੰਧ ਦੇ ਵਿੱਚ ਅਸੀਂ ਗੱਲ ਕਰਾਂਗੇ ਵਾਈਸ ਚਾਂਸਲਰ ਹੋਰਾਂ ਦੇ ਨਾਲ ਕਿ ਸਰ ਜਿਹੜਾ ਅੱਜ ਤੁਹਾਡੇ ਯੂਨੀਵਰਸਿਟੀ ਵਿੱਚ ਸਮਾਗਮ ਹੋਇਆ, ਇਹ ਸਮਾਗਮ ਕੀ ਹੈ, ਕਿਸ ਥਾਂ ਹੋਇਆ ਅਤੇ ਆਯੋਜਨ ਕੀਤਾ ਗਿਆ? ਮੈਨੂੰ ਬਹੁਤ ਖੁਸ਼ੀ ਹੈ ਕਿ ਅੱਜ ਦਾ ਜਿਹੜਾ ਸਮਾਗਮ ਆ ਉਹ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਕੀਤਾ ਗਿਆ। ਜਿਹੜੀ ਜਨਰਲ ਇਲੈਕਸ਼ਨ ਜਿਹੜੀ ਹੋ ਰਹੀ ਆ ਉਹਦੇ ਵਿੱਚ ਵੱਧ ਤੋਂ ਵੱਧ ਜਿਹੜੇ ਵੋਟਰ ਬਣ ਸਕਣ ਅਤੇ ਵੱਧ ਤੋਂ ਵੱਧ ਉਹ ਪਾਰਟੀਸਪੇਟ ਕਰ ਸਕਣ, ਉਹ ਤੋਂ ਵੱਧ ਤੋਂ ਵੱਧ ਵੋਟਿੰਗ ਵਾਲੇ ਦਿਨ ਜਿਹੜੀ ਆਪਣੀ ਵੋਟਿੰਗ ਕਾਸਟ ਕਰ ਸਕਣ। ਹੋਰ ਇੱਕ ਵੱਡਾ ਬਹੁਤ ਵੱਡਾ ਉਪਰਾਲਾ ਵਾ ਸ਼ਿਰਕਤ ਕੀਤੀ ਆ, ਇਸ ਦੇ ਵਿੱਚ ਸੂਹਾ ਐਨ ਜੀ ਓ ਕਲੱਬ ਨੇ ਬੜੀ ਕੋਸ਼ਿਸ਼ ਕੀਤੀ ਆ। ਸਭ ਤੋਂ ਵੱਡੀ ਜਿਹੜੀ ਆ ਸਾਡੀ ਕੋਸ਼ਿਸ਼ ਜਿਹੜੀ ਆ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਬੜੀ ਸਾਡੀ ਮਦਦ ਕੀਤੀ ਇਸ ਕੰਮ ਨੂੰ ਕਾਮਯਾਬ ਕਰਨ ਲਈ, ਔਰ ਪ੍ਰੈਸ ਨੇ ਖਾਸ ਕਰਕੇ ਜਲੰਧਰ ਜਿਹੜਾ ਦੂਰਦਰਸ਼ਨ ਨੇ ਬੜੀ ਮਦਦ ਕੀਤੀ ਹੈ, ਜਿਹਦੇ ਕਰਕੇ ਜਿਹੜਾ ਇਹ ਕੰਟੈਂਟ ਕਾਮਯਾਬ ਹੋਇਆ, ਜਿਹਦੇ ਤਕਰੀਬਨ 500 ਤੋਂ ਜ਼ਿਆਦਾ ਬੱਚਿਆਂ ਨੇ ਜਿਹੜਾ ਸ਼ਮੂਲੀਅਤ ਕੀਤੀ ਆ। ਡੀ ਸੀ ਸਾਹਿਬ ਜਲੰਧਰ ਸਾਹਿਬ ਆਏ ਆ, ਏ ਡੀ ਸੀ ਸਾਹਿਬ ਆਏ ਆ, ਤਹਿਸੀਲਦਾਰ ਇਲੈਕਸ਼ਨ ਆਏ ਜਿਹੜੇ ਆ, ਔਰ ਇਸ ਤੋਂ ਬਿਨਾਂ ਕਮਿਸ਼ਨਰ ਸਾਹਿਬ ਜਾਂ ਕਮਿਸ਼ਨਰ ਸਾਹਿਬ ਜਿਹੜੇ ਆਏ ਆ। ਔਰ ਮੈਨੂੰ ਸਭ ਤੋਂ ਵੱਡੀ ਖੁਸ਼ੀ ਆ ਕਿ ਇਸ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਨੇ ਗ੍ਰੇਟਰ ਪਾਰਟੀਸਪੇਸ਼ਨ ਫੋਰ ਸਟਰੋਂਗਰ ਡੈਮੋਕ੍ਰੇਸੀ ਦੇ ਲਈ ਇੱਕ ਪੇਪਰ ਵੀ ਜਿਹੜਾ ਪੜ੍ਹਿਆ ਔਰ ਸਕਿੱਟ ਵੀ ਪੇਸ਼ ਕੀਤੀ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਪਾਰਟੀਸਪੇਟ ਇਸ ਇਲੈਕਸ਼ਨ ਦੇ ਵਿੱਚ ਕਰਨਾ ਚਾਹੀਦਾ ਵਾ, ਔਰ ਤਾਂ ਕਿ ਜਿਹੜਾ ਵਿਦਾਊਟ ਕਿਤੇ ਫੀਅਰ, ਵਿਦਾਊਟ ਕਿਤੇ ਜਿਹੜੀ ਐਨੀਮੋਸਟੀ, ਔਰ ਵੱਧ ਤੋਂ ਵੱਧ ਜਿਹੜੀ ਪਾਰਟੀਸਪੇਟ ਕਰਕੇ ਸਾਡਾ ਵਰਲਡ ਦੇ ਵਿੱਚ ਨੰਬਰ 1 'ਤੇ ਡੈਮੋਕ੍ਰੇਸੀ ਜਿਹੜੀ ਜਿਹੜੀ ਚੱਲ ਰਹੀ ਆ ਉਹਦਾ ਨਾਮ ਹੋਰ ਕਰੇ। ਸਰ ਇਸ ਵੋਟਿੰਗ ਨੂੰ ਲੈ ਕੇ ਜਿਹੜੀਆਂ 2024 ਦੀਆਂ ਇਲੈਕਸ਼ਨ ਆ ਰਹੀਆਂ ਪੰਜਾਬ ਦੇ ਵਿੱਚ 1 ਜੂਨ ਨੂੰ ਜਿਹੜੀਆਂ ਡਿਕਲੇਅਰ ਹੋਈਆਂ, 4 ਜੂਨ ਨੂੰ ਸਾਰੇ ਭਾਰਤ ਵਿੱਚ ਰਿਜ਼ਲਟ ਆਉਣੇ ਆ, ਤੁਸੀਂ ਹੋਰ ਕਿਉਂਕਿ ਪਾਇਆ ਜੀ ਬਾਈ ਚਾਂਸ ਤੁਹਾਡੀ ਯੂਨੀਵਰਸਿਟੀ 'ਚ ਬਹੁਤ ਸਾਰੇ ਬੱਚੇ ਆ, ਤੁਸੀਂ ਬੱਚਿਆਂ ਨੂੰ ਕਿਸ ਤਰ੍ਹਾਂ ਮੋਟੀਵੇਟ ਕਰਦੇ ਹੋ ਵੋਟ ਪਾਉਣ ਲਈ ਜਾਂ ਕਿਸ ਤਰ੍ਹਾਂ ਮਤਲਬ ਆਉਣ ਵਾਲੇ ਸਮੇਂ? ਇਹ ਸਵੀਪ ਵਾਲਿਆਂ ਨੇ 2 ਦਿਨ ਤੋਂ ਸਾਡੇ ਜਿਹੜਾ ਵਾ ਪ੍ਰੋਗਰਾਮ ਜਿਹੜਾ ਇੱਥੇ ਰੱਖਿਆ ਵਾ, ਔਰ ਵੱਧ ਤੋਂ ਵੱਧ ਬੱਚੇ ਜਿਹੜੇ ਵਾ ਆਪਣੇ ਮੋਟਿੰਗ ਵੀ ਬਣਾ ਰਹੇ ਆ, ਪਰ ਤਕਰੀਬਨ ਯੂਨੀਵਰਸਿਟੀ ਦੇ ਬੱਚੇ ਜਿਹੜੇ 20 ਸਾਲ ਤੋਂ ਉੱਪਰ ਆ ਉਹਨਾਂ ਦੀਆਂ ਵੋਟਾਂ ਪਹਿਲਾਂ ਹੀ ਜਿਹੜੀਆਂ ਬਣ ਚੁੱਕੀਆਂ। ਅਸੀਂ ਕਲਾਸ ਲੈਵਲ 'ਤੇ ਔਰ ਹਰ ਟੀਚਰ ਲੈਵਲ 'ਤੇ, ਡੀਨ ਲੈਵਲ 'ਤੇ ਹਰ ਟੀਚਰ ਨੂੰ ਜਿਹੜਾ ਕਨੈਕਟ ਕਰ ਰਹੇ ਹਾਂ ਕਿ ਬੱਚਿਆਂ ਨੂੰ ਪ੍ਰੇਰਿਤ ਕਰ ਵੱਧ ਤੋਂ ਵੱਧ ਜਿਹੜੀ ਵੋਟਿੰਗ ਜਿਹੜੀ ਪਰਸੈਂਟੇਜ ਹੋ ਸਕੇ। ਮੈਨੂੰ ਉਮੀਦ ਆ ਸਾਡੀ ਜਲੰਧਰ ਜ਼ਿਲ੍ਹੇ ਦੀ ਸਭ ਤੋਂ ਵੱਧ ਜਿਹੜੀ ਪੰਜਾਬ 'ਚ ਵੋਟਿੰਗ ਪਰਸੈਂਟੇਜ। ਬਹੁਤ ਬਹੁਤ ਧੰਨਵਾਦ ਪੀਸੀ ਸਾਹਿਬ। ਸੋ ਦੋਸਤੋ, ਹੁਸ਼ਿਆਰਪੁਰ ਸੇ ਦਲਜੀਤ ਅਜਨੋਹਾ ਕੀ ਰਿਪੋਰਟ, ਕੈਮਰਾਮੈਨ ਯੁਗਮਾਰਗ ਟੀਵੀ।